ਫੋਰਟੀ ਸਟਾਫ ਵੈਲਫੇਅਰ ਸੁਸਾਇਟੀ ਚੰਡੀਗੜ੍ਹ ਵੱਲੋਂ ਚੰਡੀਗੜ੍ਹ ਵਿਖੇ 10ਵਾਂ ਬਲੱਡ ਆਰਗਨ ਡੋਨੇਸ਼ਨ ਕੈਂਪ ਲਗਾਇਆ ਗਿਆ, ਜਿਸ ਵਿਚ ਉੱਘੇ ਸਮਾਜ ਸੇਵੀ ਜਸਵਿੰਦਰ ਸਿੰਘ ਨੇ ਪੂਰੀ ਓਟੀ ਟੀਮ ਬਲੱਡ ਡੋਨਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਤੇ ਆਖਿਆ ਕਿ ਉਹ ਇਸ ਤਰ੍ਹਾਂ ਹੀ ਉਨ੍ਹਾਂ ਦਾ ਸਾਥ ਦਿੰਦੇ ਰਹਿਣ ਤਾਂ ਜੋ ਉਹ ਹੋਰ ਵੱਧ ਚੜ੍ਹ ਕੇ ਲੋੜਵੰਦ ਲੋਕਾਂ ਦੀ ਸੇਵਾ ਕਰ ਸਕਣ। ਡਾਕਟਰ ਅਲਕਾ ਨੇ ਦੱਸਿਆ ਕਿ ਬਲੱਡ ਕੈਂਪ ਦੇ ਨਾਲ ਨਾਲ ਉਹ ਲੋਕਾਂ ਨੂੰ ਅੰਗਦਾਨ ਬਾਰੇ ਵੀ ਜਾਗਰੂਕ ਕਰ ਰਹੇ ਹਨ, ਕਿਵੇਂ ਮੌਤ ਤੋਂ ਬਾਅਦ ਆਪਣੇ ਅੰਗਦਾਨ ਕਰਕੇ ਕਿਸੇ ਨੂੰ ਜ਼ਿੰਦਗੀ ਦੇ ਸਕਦੇ ਹਨ, ਮੌਤ ਮਗਰੋਂ ਉਹਨਾਂ ਦਾ ਕੀਤਾ ਅੰਗਦਾਨ ਕਿਸੇ ਨੂੰ ਨਵੀਂ ਜ਼ਿੰਦਗੀ ਦੇ ਸਕਦਾ। ਆਜ਼ਾਦ ਟੀਵੀ ਨਿਊਜ਼ ਦੇ ਲਈ ਚੰਡੀਗੜ੍ਹ ਤੋਂ ਕੈਮਰਾਮੈਨ ਅਭਿਸ਼ੇਕ ਸੂਦ ਦੇ ਨਾਲ ਹਰਜੀਤ ਸਿੰਘ ਦੀ ਰਿਪੋਰਟ। ਅਸੀਂ ਸਾਡਾ 10ਵਾਂ ਬਲੱਡ ਡੋਨੇਸ਼ਨ ਐਂਡ ਆਰਗਨ ਡੋਨੇਸ਼ਨ ਅਵੇਅਰਨੈਸ ਕੈਂਪ ਹੈ ਜੀ, ਅਤੇ ਇਸ ਦੇ ਵਿੱਚ ਅਸੀਂ ਅੱਜ 150 ਤੋਂ 200 ਸਾਡੇ ਬਲੱਡ ਡੋਨਰਸ ਹੋਣ ਦੀ ਉਮੀਦ ਹੈ, ਅਤੇ ਅਸੀਂ ਇਸਦੇ ਬਲੱਡ ਡੋਨੇਸ਼ਨ ਲੈਣ ਦੇ ਨਾਲ ਨਾਲ ਅਸੀਂ ਲੋਕਾਂ ਨੂੰ ਅੰਗਦਾਨ ਵਾਸਤੇ ਵੀ ਜਾਗਰੂਕ ਕਰ ਰਹੇ ਹਾਂ ਜੀ, ਅਤੇ ਅਸੀਂ ਸਾਲ ਦੇ ਵਿੱਚ 2 ਕੈਂਪ ਲਗਾ ਰਹੇ ਹਾਂ ਜੀ ਆਪਣੀ ਸੁਸਾਇਟੀ ਵੱਲੋਂ, ਅਤੇ ਆਉਣ ਵਾਲੇ ਸਾਲਾਂ ਦੇ ਵਿੱਚ ਅਸੀਂ ਇਹ ਕੰਮ ਹੋਰ ਜ਼ਿਆਦਾ ਕਰਦੇ ਰਹਾਂਗੇ ਜੀ। ਚੰਡੀਗੜ੍ਹ ਮੈਂ ਯਹਾਂ ਪੇ ਇੱਕ ਬਲੱਡ ਡੋਨੇਸ਼ਨ ਕੈਂਪ ਲਗਾ ਹੋਇਆ ਹੈ, ਉਸਕੇ ਸਾਥ ਹਮ ਲੋਕ ਆਰਗਨ ਡੋਨੇਸ਼ਨ ਕੇ ਬਾਰੇ ਮੇਂ ਵੀ ਬਤਾ ਰਹੇ ਹੈ, ਜੋ ਅੰਗਦਾਨ ਜਿਸਕੋ ਕਹਿਤੇ ਹੈ, ਠੀਕ ਹੈ, ਉਹ ਮਰਨੇ ਕੇ ਬਾਅਦ ਪੋਸੀਬਲ ਹੈ। ਐਂਡ ਇਸਮੇ ਕੰਡੀਸ਼ਨ ਹੋਤੀ ਹੈ, ਜੈਸੇ ਬ੍ਰੇਨ ਡੈਡ ਹੋਤਾ ਹੈ ਉਸੀ ਟਾਈਮ ਪੇ ਬਲੱਡ ਆਰਗਨ ਡੋਨੇਸ਼ਨ ਵੀ ਪੋਸੀਬਲ ਹੈ, ਜਿਸਮੇ ਕਿ ਹਮ 5-6 ਜ਼ਿੰਦਗੀਆਂ ਬਚਾ ਸਕਤੇ ਹੈ, ਜਿਸਸੇ ਜੈਸੇ ਇਸਮੇ ਡੋਨੇਸ਼ਨ ਮੇਂ ਹਾਰਟ ਹੈ, ਲੀਵਰ ਹੈ, ਪੈਨਕ੍ਰੀਅਸ ਹੈ, ਯੇ ਇਸ ਤਰ੍ਹਾਂ ਕੇ ਮੇਨ ਆਰਗਨ ਜੋ ਹੈ, ਵਾਈਟਲ ਆਰਗਨ ਹੈ, ਉਹ ਡੋਨੇਸ਼ਨ ਕਰ ਸਕਤੇ ਹੈ, ਸੋ ਦੈਟ ਜੋ ਵੀ ਆਰਗਨ ਫੇਲੀਅਰ ਕੀ ਵਜਹ ਸੇ ਮਰ ਰਹਾ ਹੈ ਉਸਕੋ ਦੀਆ ਜਾਤਾ ਹੈ, ਠੀਕ ਹੈ, ਉਸਕੋ ਟ੍ਰਾਂਸਪਲਾਂਟ ਕੀਆ ਜਾਤਾ ਹੈ। ਬੇਸਿਕਲੀ ਪੁਆਇੰਟ ਇਹ ਹੈ ਕਿ ਮਰਨੇ ਕੇ ਬਾਅਦ ਜ਼ਿੰਦਗੀ ਬਚਾਉਣਾ ਅੱਛਾ ਹੈ, ਰਾਦਰ ਦੈਨ ਗੋਇੰਗ ਵੇਸਟ ਆਫ ਯੋਰ ਬੋਡੀ, ਰਾਈਟ, ਇਸਕੀ ਵਜਹ ਸੇ ਕਿਸੀ ਕੀ ਜ਼ਿੰਦਗੀ ਬਚੇਗੀ ਉਹ ਜ਼ਿਆਦਾ ਅੱਛਾ ਹੈ, ਹੈ ਨਾ। ਤੋ ਹਮਾਰਾ ਮੇਨ ਮੋਟਿਵ ਹੈ ਕਿ ਹਮ ਜਿਤਨੇ ਲੋਕੋ ਕੋ ਯਹਾਂ ਅਵੇਅਰ ਕਰ ਸਕੇ ਉਤਨਾ ਅੱਛਾ ਹੈ, ਔਰ ਆਗੇ ਸੇ ਆਗੇ ਜਿਤਨਾ ਅਵੇਅਰਨੈਸ ਹੋਏਗੀ ਉਤਨੀ ਜ਼ਿਆਦਾ ਅੱਛੀ ਹੋਏਗੀ, ਕਿਉਂਕਿ ਲੋਕੋ ਕੋ ਯਹਾਂ ਪਤਾ ਹੀ ਨਹੀਂ ਹੈ ਕਿ ਆਰਗਨ ਡੋਨੇਸ਼ਨ ਵੀ ਕੁਛ ਹੈ। ਆਰਗਨ ਡਾਕਟਰ ਸੁਗਤ ਚੌਧਰੀ, ਆਮ ਸੀਨੀਅਰ ਡਿਪਾਰਟਮੈਂਟ ਫਰੋਮ ਟ੍ਰਾਂਸਫਿਊਜ਼ਨ ਮੈਡੀਸਿਨ ਬਲੱਡ ਬੈਂਕ PGI ਚੰਡੀਗੜ੍ਹ। ਇਹ ਐਕਚੁਲੀ ਬਲੱਡ ਡੋਨੇਸ਼ਨ ਕੈਂਪ ਹੋ ਰਿਹਾ ਹੈ ਹਮਾਰੇ ਇੱਧਰ, ਹਮਾਰੇ PGI ਕੇ ਅੰਦਰ ਹੀ ਕੈਂਪ ਲਗਾਏ ਆਡੀਟੋਰੀਅਮ ਕੇ ਅੰਦਰ। ਇਹ ਹਮਾਰੇ ਜੋ ਆਪਰੇਸ਼ਨ ਥੀਏਟਰ ਕੇ ਟੈਕਨੀਸ਼ੀਅਨਸ ਹੈ ਉਹ ਕੈਂਪ ਔਰਗਨਾਈਜ਼ ਕਰ ਰਹੇ ਅਭੀ ਆਲਮੋਸਟ 100 ਡੋਨੇਸ਼ਨਸ ਹੋਣੇ ਵਾਲਾ ਹੈ, ਸੋ ਵੀ ਆਰ ਐਕਸਪੈਕਟਿੰਗ ਮੋਰ ਦੈਨ 150 ਡੋਨੇਸ਼ਨਸ ਟੂਡੇ, ਹੋਲ ਬਲੱਡ ਡੋਨੇਸ਼ਨਸ।